ਮਨੋਖ ਆਪਣੀ ਸਿਆਨਫ ਦੇ ਘੋੜੇ ਡੜਾਉਂਦਾ ਪਰ ਉਸ ਦੀ ਬਣੀ ਹੋਈ ਜੜੀ ਬੰਤਰ ਉਸ ਦਾ ਵੀ ਅੰਤ ਨਹੀਂ ਪਾਇਆ ਬਣਾਉਣ ਵਾਲੇ ਦਾ ਤੱਕ ਕਿਧਰੇ ਅੰਤ ਪਾਉਣਾ ਹੈ ਭਾਈ ਗੁਰਦਾਸ ਸਾਹਿਬ ਬੜੇ ਪ੍ਰੇਮ ਨਾਲ ਸਮਝਾਉਂਦੇ ਕਹਿੰਦੇ ਪੰਜ ਤਤ ਮੇਲ ਪਿੰਡ ਲੋਕ ਵੇਦ ਕਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਸੰਸਾਰ ਦੇ ਲੋਕਾਚਾਰੀ ਇਹ ਗੱਲ ਸੰਸਾਰ ਦੇ ਵਿੱਚ ਪ੍ਰਸਿੱਧੇ ਤੇ ਲੋਕ ਵੀ ਕਹਿੰਦੇ ਨੇ ਪੰਜ ਤਤਾਂ ਦਾ ਬਣਿਆ ਜੀਵ ਏ ਪੰਜ ਤਤਾਂ ਦਾ ਬਣਿਆ ਸ਼ਰੀਰ ਏ ਭਾਈ ਗੁਰਦਾਸ ਸਾਹਿਬ ਕਹਿੰਦੇ तमाम ਧਰਮਿਕ ਗ੍ਰੰਥਾਂ ਦੇ ਅੰਦਰ ਵੇਦਾਂ ਦੇ ਅੰਦਰ ਦੇਖਣਾ ਕਰੀਦਾ ਉਥੇ ਵੀ ਇਹੀ ਖਿਆਲ ਏ ਤੇ ਮਹਾਰਾਜ ਨੇ ਬਾਣੀ ਅੰਦਰ ਬਚਨ ਵੀ ਕਹੇ ਪਾਂਚ ਤਤ ਕੋ ਤਨ ਰਚਿਓ ਜਨੋ ਚਤਰ ਸੁਜਾਨ ਪੰਜ ਤਤਾਂ ਦਾ ਸਰੀਰ ਰਚਨ ਕੀਤਾ ਹੈ ਇਹ ਪੰਜ ਤਤਾਂ ਦਾ ਪੁਤਲਾ ਬਣਾਉਣਾ ਕੀਤਾ ਭਾਈ ਗੁਰਦਾਸ ਸਾਹਿਬ ਕਹਿੰਦੇ ਪੰਜੋ ਤਤ ਜਿਹੜੇ ਪਰਿਪੂਰਨ ਪਰਮਾਤਮਾ ਨੇ ਬਣਾਏ ਪੰਜੋ ਤਤ ਕਹੋ ਕਾਹੇ ਭਾਂਤ ਰਚਿਤ ਪੇ ਆਦਹੀ ਭਾਈ ਗੁਰਦਾਸ ਸਾਹਿਬ ਕਹਿੰਦੇ ਕੋਈ ਕਹਿੰਦਾ ਮੈਂ ਪਰਮਾਤਮਾ ਦੀ ਇਹ ਖੋਜ ਕਰ ਲਈ ਮੈਂ ਆ ਕਰ ਲਿਆ ਵੋ ਕਰ ਲਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਬਈ ਇੰਨਾ ਹੀ ਦੱਸ ਦਿਓ ਜਿਹੜੇ ਪੰਜੋ ਤਤ ਨੇ ਇਹ ਆਦ ਰੂਪ ਅੰਦਰ ਪਹਿਲਾਂ ਪਹਿਲ ਜਦੋਂ ਇਹਨਾਂ ਦੀ ਬੰਤਰ ਬਣਾਈ ਪਰਮਾਤਮਾ ਨੇ ਪੰਜਾਂ ਤਤਾਂ ਦੀ ਪੰਜ ਤਤ ਕਿੱਥੋਂ ਪੈਦਾ ਕੀਤੇ ਨੇ ਇੱਕ ਇੱਕ ਤਤ ਕਿਹੜੀ ਕਿਹੜੀ ਵਸਤੂ ਤੋਂ ਤਿਆਰ ਹੋਇਆ ਇਹ ਤਾਂ ਦੱਸ ਦਿਓ ਇਹਦੇ ਬਾਰੇ ਸਾਰੇ ਚੁੱਪ ਨੇ ਕਹਿਣ ਲੱਗੇ ਤੁਸੀਂ ਪਰਮਾਤਮਾ ਦੀ ਗੱਲ ਤਾਂ ਫੇਰ ਕਰਿਆ ਦੇ ਪਰਮਾਤਮਾ ਦੇ ਆਦ ਅੰਤ ਦੀ ਗੱਲ ਤਾਂ ਫੇਰ ਕਰਿਆ ਜੇ ਪਹਿਲਾਂ ਤੁਹਾਡਾ ਸ਼ਰੀਰ ਤੇ ਸੰਸਾਰ ਪੰਜ ਤਤਾਂ ਦਾ ਬਣਾਇਆ ਹੈ ਨਾ ਤੇ ਕਹਿੰਦੇ ਤੁਸੀਂ ਉਹ ਤਾਂ ਦੱਸ ਦਿਓ ਵੀ ਕਿਹੜੀ ਚੀਜ਼ ਤੋਂ ਬਣੇ ਸੀ ਰੱਬ ਤਾਂ ਅੱਗੇ ਦੀ ਗੱਲ ਐ ਨਾ ਰੱਬ ਨੇ ਪਰਮਾਤਮਾ ਨੇ ਅੱਲਾ ਨੇ ਖੁਦਾ ਨੇ ਵੈਗਰੂ ਨੇ ਪੰਜ ਤੱਤ ਬਣਾਏ ਫੇਰ ਸ਼ਰੀਰ ਬਣੇ ਤੇ ਤੁਸੀਂ ਇਹ ਦੱਸ ਦਿਓ ਬਈ ਕਿਹੜੇ ਸਮੇਂ ਵਿੱਚ ਪੰਜ ਤੱਤ ਬਣੇ ਤੇ ਕਿਹੜੀ ਚੀਜ਼ ਤੋਂ ਬਣੇ ਇਹਨਾਂ ਦੀ ਆਦ ਲੱਭ ਦਿਓ ਇਹਨਾਂ ਦੀ ਸ਼ੁਰੂਆਤ ਲੱਭ ਦਿਓ ਇਹ ਕਦੋਂ ਬਣਤਰ ਬਣੀ ਇਦਈ ਆਦੰਤ ਨਹੀਂ ਕੋਈ ਲੱਭ ਸਕਦਾ ਬੇਅੰਤ ਪਰਮਾਤਮਾ ਜਿਹੜਾ ਬਣਾਉਣ ਵਾਲਾ ਹੈ ਉਹਦਾ ਕੀ ਅੰਤ ਖਾਕ ਲੱਭੇਗਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਪੰਜ ਤਤ ਕਰ ਬਣਾ ਕੇ ਸਾਰੀ ਸ੍ਰੇਟੀ ਪਰਮਾਤਮਾ ਨੇ ਸਾਜੀ ਹੈ ਸਾਰੀ ਸ੍ਰਿਸ਼ਟੀ ਤੇ ਮਹਾਰਾਜ ਕਹਿੰਦੇ ਵੀ ਪੰਜ ਤਤ ਤਾਂ ਪਰਮਾਤਮਾ ਨੇ ਬਣਾ ਦਿੱਤੇ ਦੁਨੀਆ ਦੇ ਲੋਕ ਕਹਿੰਦੇ ਸਾਡੇ ਕੋਲ ਸਿਆਣਫ ਬੜੀ ਅਕਲ ਬੜੀ ਮੁਬਾਰਕ ਕੇ ਸੈਂਸ ਆਪਣੀ ਥਾਂ ਤੇ ਮੁਬਾਰਕ ਕੇ ਪਰ ਰੱਬ ਵਾਲੇ ਪਾਸੇ ਤੇ ਨਹੀਂ ਹੈ ਇਧਰ ਨਹੀਂ ਹੈ ਮਹਾਰਾਜ ਨੇ ਬਾਣੀ ਅੰਦਰ ਬਚਨ ਕੀਤੇ ਬਈ ਕੋਈ ਛੇਵਾ ਕਰਿਓ ਉਪਾਇ ਕੋਈ ਛੇਵਾ ਤੱਤੀ ਬਣਾਉਂਦਿਓ ਕੋਈ ਦੱਸ ਦਿਓ ਛੇਵਾ ਤੱਤ ਬਣਾ ਕੇ ਬਈ ਪੰਜ ਤੱਤਾਂ ਦਾ ਸਰੀਰ ਤੇ ਜਿਹੜਾ ਸਾਇੰਸ ਦਾ ਨਹੀਂ ਉਹਦਾ ਸਰੀਰ ਕਾਦਾ ਹੈ ਉਹ ਆਪਣੇ ਤੱਤ ਬਣਾ ਲਵੇ ਨਾ ਫੇਰ ਦੇਖਾਂਗੇ ਬਈ ਪ੍ਰਮਾਤਮਾ ਨੂੰ ਮਤ ਪਾਉਂਦਾ ਹੈ ਠੀਕ ਹੈ ਉਹਨਾਂ ਦੀ ਖੋਜ ਬਾਰੀ ਤੌਰ ਤੇ ਬਹੁਤ ਹੀ ਬਹੁਤ ਕੁਝ ਸੰਸਾਰ ਚ ਉਹਨਾਂ ਨੇ ਖੋਜ ਖੋਜ ਖੋਜਿਆ ਤਾਂ ਜੇ ਸੀ ਪਹਿਲਾਂ ਜਿਹੜੀ ਚੀਜ਼ ਹੀ ਨਹੀਂ ਹੈ ਉਹਨੂੰ ਲੱਭ ਕਿੱਥੋਂ ਲਾਂਗੇ ਜਿਹੜੀ ਹੈ ਚੀਜ਼ ਉਹਨੂੰ ਹੀ ਲੱਭਾਂਗੇ ਨਾ ਜੋ ਸੰਸਾਰ ਵਿੱਚ ਨਰੰਕਾਰ ਨੇ ਪੈਦਾ ਕੀਤਾ ਹੈ ਉਸੇ ਨੂੰ ਲੱਭ ਲਿਆ ਕਿਉਂਕਿ ਬਹੁਤਿਆਂ ਦੀ ਨਦਰ ਤੋਂ ਪਰੇ ਉਹਨੇ ਪਾਲਿਆ ਉਹਨੇ ਪਾਲਿਆ ਨਰੰਕਾਰ ਅਕਾਲ ਪੁਰਖ ਵੈਗਰੋ ਸਾਰੇ ਰਮਿਆ ਪਰ ਸਾਰਿਆਂ ਨੂੰ ਨਦਰ ਨਹੀਂ ਆਉਂਦਾ ਇਹਨੂੰ ਧਿਆਨ ਨਾਲ ਸਮਝਣਾ ਨਰੰਕਾਰ ਪਰਿਪੂਰਨ ਪਰਮਾਤਮਾ ਕਣਕਣ ਵਿੱਚ ਹੈ ਸਾਰਿਆਂ ਨੂੰ ਨਦਰ ਨਹੀਂ ਆਉਂਦਾ ਉਜ ਵਿਰਲੇ ਨੇ ਗੁਰ ਸਿੱਖ ਸਾਧੂ ਸੰਤ ਭਗਤ ਗੁਰ ਸਿੱਖ ਜਿਹੜੇ ਉਸ ਪਰਮਾਤਮਾ ਨੂੰ ਭਾਲ ਲੈਂਦੇ ਨੇ ਤੇ ਉਹਨੂੰ ਕਨ ਕਨ ਵਿੱਚ ਵੇਖਦੇ ਨੇ ਔਰ ਹਰ ਜਗ੍ਹਾ ਤੇ ਹੁਣ ਸਾਰਿਆਂ ਨੂੰ ਤਾਂ ਉਹ ਵੀ ਨਦਰ ਨਹੀਂ ਆਉਂਦਾ ਆਪਾਂ ਸਾਰੇ ਕਹਿੰਨੇ ਨਾ ਮਹਾਰਾਜ ਵੀ ਬਚਨ ਕਰਦੇ ਭਈ ਸਾਰਿਆਂ ਵਿੱਚ ਜੋਤ ਹੈ ਕਿ ਸੱਚੀ ਮੁੱਚੀ ਆਪਾਂ ਨੂੰ ਆਪਣੇ ਅੰਦਰ ਨਦਰ ਆਉਣ ਲੱਗ ਪੀ ਦੂਜੇ ਦੀ ਛੱਡੋ ਅਜੇ ਤਾਂ ਆਪਣੇ ਅੰਦਰ ਹੀ ਨਦਰ ਨਹੀਂ ਆਈ ਉਹ ਜਿਵੇਂ ਵਿਰਲਿਆਂ ਨੇ ਪਰਮਾਤਮਾ ਨੂੰ ਪਾ ਲਿਆ ਹੈ ਵਿਰਲਿਆਂ ਨੇ ਪਰਮਾਤਮਾ ਦੀਆਂ ਪੈਦਾ ਕੀਤੀਆਂ ਵਸਤੂ ਜਿਹੜੀਆਂ ਨੇ ਸੰਸਾਰ ਨੂੰ ਕੁਝ ਸੁਭਦਾਵਾਂ ਦੇਣੀਆਂ ਸਨ ਜਿਵੇਂ ਨਾ ਪਰਮਾਤਮਾ ਨੇ ਕੁਝ ਫਲ ਬਣਾਏ ਨੇ ਤੇ ਉਹਨਾਂ ਦੀ ਗਰੀ ਬੜੀ ਸੰਭਾਲ ਕੇ ਰੱਖੀ ਏ ਜਿਵੇਂ ਇਹ ਕਹ ਲਓ ਨਾਰੀਅਲ ਦੀ ਗਰੀ ਔਰ ਉਹਦੇ ਤੇ ਕਿੰਨੇ ਛਿਲਕੇ ਆ ਫਿਰ ਉਹਦੇ ਅੰਦਰ ਅੱਗੇ ਗਰੀ ਬਦਾਮ ਦੀ ਗਰੀ ਕਈ ਐਉਂ ਲਪੇਟ ਕੇ ਰੱਖੇ ਹੋਏ ਫਲ ਨੇ ਪਰ ਉਹ ਯਤਨ ਤਾਂ ਕਰਨਾ ਪਏਗਾ ਨਾ ਵਿੱਚੋਂ ਉਹ ਜਿਹੜੇ ਸਾਇੰਸਦਾਨੀ ਨੇ ਉਹਨਾਂ ਨੇ ਥੋੜਾ ਜਿਹਾ ਬਾਰੀ ਖੋਜ ਦੇ ਦੌਰਾਨ ਬਾਹਰੋਂ ਭਾਲ ਕਰ ਲਈ ਵੀ ਉਹ ਗਿਰੀ ਪਈ ਕਿੱਥੇ ਆ ਉਹ ਸੰਸਾਰ ਦੀ ਸੁਭਦਾ ਪਈ ਕਿੱਥੇ ਉਹ ਸਿਆਣੇ ਬਣ ਗਏ ਪਰ ਉਹਨਾਂ ਦਾ ਸਰੀਰ ਜਿਹੜਾ ਪੰਜ ਤੱਤਾਂ ਦਾ ਬਣਿਆ ਹੈ ਔਰ ਪਾਣੀ ਹੈ ਅਗਨੀ ਹੈ ਧਰਤੀ ਹੈ ਹਵਾ ਹੈ ਆਕਾਸ਼ ਹੈ ਲੈ ਇਹਨਾਂ ਚੋਂ ਇੱਕ ਦੋ ਪਾਸੇ ਕਰਕੇ ਆਉਂਦੇ ਵਾਲੇ ਨਾਲ ਲਾ ਲੈ ਨਹੀਂ ਲਾ ਸਕਦੇ ਤਤਾਂ ਦਾ ਹੀ ਅੰਤ ਨਹੀਂ ਕਿਸੇ ਨੇ ਛੇਵਾ ਤਤ ਬਣਾਇਆ ਹੀ ਨਹੀਂ ਭਾਈ ਗੁਰਦਾਸ ਸਾਹਿਬ ਕਹਿੰਦੇ ਦੱਸੋ ਇਹਨਾਂ ਤਤਾਂ ਦੀ ਸ਼ੁਰੂਆਤ ਕਿੱਥੋਂ ਹੋਈ ਤੇ ਕਿਹੜੀ ਚੀਜ਼ ਤੋਂ ਪ੍ਰਮਾਤਮਾ ਨੇ ਤਤ ਬਣਾਏ ਨੇ ਸ਼ਰੀਰ ਤਾਂ ਪੰਜ ਤਤਾਂ ਤੋਂ ਬਣੇ ਨਾ ਤੇ ਉਹ ਤਤ ਕਿਹੜੀ-ਕਿਹੜੀ ਚੀਜ਼ ਤੋਂ ਬਣਾਏ ਗਏ ਨੇ ਉਹ ਕਿੱਥੋਂ ਜਿਹੜੀ ਚੀਜ਼ ਪ੍ਰਮਾਤਮਾ ਨੇ ਕਿੱਥੋਂ ਲਿਆਂਦੀ ਬਣਾਈ ਹੀ ਉਹਨੇ ਕੋਈ ਉਸ ਦਾ ਆਦ ਅੰਤ ਨਹੀਂ ਪਾ ਸਕਦਾ ਐਸੇ ਪਰਿਪੂਰਣ ਪਰਮਾਤਮਾ ਨੇ ਇਹ ਜੀਵ ਦੇੜਾ ਪੰਜ ਤਤਾਂ ਦੀ ਰਚਨਤਾ ਰਚੀ ਇਹਦੀ ਰਚਨਾ ਰਚੀ ਸੰਸਾਰ ਦੀ ਸੰਖੇਪ ਕਰਾਂ ਭਾਈ ਸਾਹਿਬ ਅੱਗੇ ਪ੍ਰਮਾਨ ਦਿੰਦੀ ਕਹਿੰਦੇ ਕਾਹੇ ਸੇ ਧਰਨ ਧਰੀ ਧਿਰਜ ਕੈਸੇ ਵਿਸਥਾਰੀ ਕਹਿੰਦੇ ਕਿਸਤਨਾ ਪਰੀਪੂਰਨ ਪਰਮਾਤਮਾ ਨੇ ਇਸ ਸੰਸਾਰ ਦੇ ਅੰਦਰ ਜਿਹੜੀ ਧਰਤੀ ਬਣਾਈ ਆ ਕਦੋਂ ਬਣਾਈ ਆ ਤੇ ਇਹ ਧਰਤੀ ਜਿਹੜੀ ਆ ਹੌਸਲਾ ਧਾਰਨ ਕਰਕੇ ਕਿਵੇਂ ਖੜੀ ਹੋਈ ਆ ਕਿਉਂਕਿ ਪਾਣੀ ਬਹੁਤਾ ਹੈ ਧਰਤੀ ਘਟੇ ਤੇ ਪਾਣੀ ਦੇ ਵਿੱਚ ਕਦੇ ਪਾਣੀ ਬਹੁਤਾ ਹੋਵੇ ਤੇ ਮਿੱਟੀ ਦਾ ਡਲਾ ਕਦੇ ਰੁਕਿਆ ਨਹੀਂ ਰਹਿ ਸਕਦਾ ਉਹ ਕਦੋਂ ਵੀ ਖੁਰ ਸਕਦਾ ਹੈ ਕਦੋਂ ਵੀ ਨਸ਼ਟ ਹੋ ਸਕਦਾ ਇਹ ਅਜੇ ਤੱਕ ਹੋਈ ਨਹੀਂ ਇਹਨੂੰ ਆਸਰਾ ਕਿਹਦਾ ਦਿੱਤਾ ਗਿਆ ਬਾਈ ਇਹ ਕਿਹਦੇ ਆਸਰੇ ਕੁਝ ਵਿਚਾਰਵਾਨਾਂ ਨੇ ਗ੍ਰੰਥਕਾਰਾਂ ਨੇ ਕੁਝ ਨੇ ਸਨਤਨੀਆਂ ਨੇ ਇਹ ਕਹਿ ਦਿੱਤਾ ਬਾਈ ਇਹਦੇ ਥੱਲੇ ਥੌਲਾ ਬਲਦ ਦੇ ਤੇ ਫਿਰ ਬਲਦ ਕਾਦੇ ਤੇ ਖੜਾ ਬਾਈ ਉਹ ਖਾਂਦਾ ਕੀ ਆ ਪੀਂਦਾ ਕੀ ਐ ਦੇ ਉਹਦੀ ਹੋਣ ਦੇ ਤੇ ਉਹਨੂੰ ਭੁੱਖ ਵੀ ਲੱਗਦੀ ਹੋएगी ਤੇ ਉਸ ਬਲਦ ਦਾ ਕਿਦੋਂ ਜਨਮ ਵੀ ਹੋਇਆ ਹੋਏਗਾ ਉਹਦੇ ਮਾਪੇ ਕਿੱਥੋਂ ਸੀ ਉਹ ਕੀ ਖਾਂਦੇ ਸੀ ਨਹੀਂ ਐਸਾ ਕੁਝ ਨਹੀਂ ਐ ਮਹਾਰਾਜ ਕਹਿੰਦੇ ਤੌਲ ਧਰਮ ਦਇਆ ਦਾ ਪੂਤ ਉਹਦੇ ਹੁਕਮ ਵਿੱਚ ਕਿਸੇ ਦੇ ਇਨੂੰ ਆਸਰਾ ਨਹੀਂ ਦਿੱਤਾ ਕਿਸੇ ਨੇ ਤਰਤੀਬ ਬਣਾਈ ਨਹੀਂ ਧਰਤੀ ਦੇ ਆਦੰਤ ਦਾ ਪਤਾ ਕਿਸੇ ਨੂੰ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਬਦ ਕਹਿੰਦੇ ਕਾਹੀ ਸੋ ਗੱਡਿਓ ਆਕਾਸ ਠੰਡੂ ਬਿਨ ਪਾਦ ਹੀ ਦੱਸੋ ਆਕਾਸ ਜਿਹੜਾ ਹੈ ਉਹ ਕਿਵੇਂ ਬਣਾਇਆ ਗਿਆ ਕਾਦੇ ਆਸਰੇ ਖੜਾ ਥੱਲੇ ਧਰਤੀ ਉੱਪਰ ਆਕਾਸ ਵਿਚਾਲੇ ਸਪੇਸ਼ ਤੇ ਉਹ ਆਕਾਸ਼ ਦਾ ਕੋਈ ਚਰਨ ਨਹੀਂ ਕੋਈ ਪੈਰ ਨਹੀਂ ਕੋਈ ਉਹਦੇ ਥੱਲੇ ਥਮਲਾ ਨਹੀਂ ਕੋਈ ਕੰਧ ਨਹੀਂ ਤੇ ਫਿਰ ਅੱਜ ਤੱਕ ਇਹ ਤਾਂ ਥੱਲੇ ਡਿੱਗਿਆ ਨਹੀਂਗਾ ਕਿੰਨੇ ਖਲਾਰਿਆ ਹੈ ਕਿਸ ਨੇ ਉਹਦੇ ਥੱਲੇ ਥਮਲਾ ਲਾਇਆ ਤੇ ਮਹਾਰਾਜ ਵੀ ਕਹਿੰਦੇ ਬਿਨ ਥੰਮਾ ਗगन ਰਹਾਇਆ ਬਿਨਾ ਥਮਲਿਆਂ ਤੋਂ ਆਕਾਸ਼ ਜਿਹੜਾ ਆ ਉਹ ਖਲਾ ਕੀਤਾ ਹੋਇਆ ਹੈ ਖੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕਿੰਨੂ ਪਤਾ ਹੈ ਆਕਾਸ਼ ਕਦੋਂ ਬਣਿਆ ਔਰ ਕਿੰਨੂ ਪਤਾ ਹੈ ਧਰਤੀ ਕਦੋਂ ਬਣੀ ਹੈ ਪੰਜ ਤਤ ਕਿਵੇਂ ਬਣਾਏ ਮਹਾਰਾਜ ਕਹਿੰਦੇ ਕਵਨ ਸੁਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਾਹੂ ਕਵਨ ਜਿਤ ਹੁਆ ਆਕਾਰ ਕਹਿੰਦੇ ਉਹ ਵੇਲਾ ਕਿਹੜਾ ਸੀ ਕਿਹੜੀ ਥਿੱਤ ਸੀ ਕਿਹੜਾ ਵਾਰ ਸੀ ਕਿਹੜਾ ਮਹੀਨਾ ਸੀ ਦੱਸੋ ਕਿਸੇ ਨੂੰ ਪਤਾ ਬਈ ਉਹ ਮਹੀਨਾ ਕਿਹੜਾ ਸੀ ਵਾਰ ਕਿਹੜਾ ਸੀ ਸਮਾਂ ਕਿਹੜਾ ਸੀ ਸ਼ਾਮ ਦਾ ਦੁਪਾਰ ਦਾ ਸੁਬਹ ਦਾ ਕੀ ਟਾਈਮ ਟੇਬਲ ਸੀ ਕਿਸੇ ਨੂੰ ਨਹੀਂ ਪਤਾ ਮਹਾਰਾਜ ਕਹਿੰਦੇ ਸਭ ਮੱਥਾ ਮਾਰ ਕੇ ਹਟ ਗਏ ਵੇਲ ਨਾ ਪਾਇਆ ਪੰਡਤੀ ਜੇ ਹੂ ਬਲੇਖ ਪੁਰਾਨ ਪੰਡਤਾਂ ਨੂੰ ਵੀ ਵਿਦਵਾਨਾਂ ਨੂੰ ਵੀ ਇਹਦਾ ਵੇਲਾ ਨਹੀਂ ਲੱਭਾ ਥੌ ਟਿਕਾਣਾ ਨਹੀਂ ਲੱਭਾ ਕਦੋਂ ਬਣਿਆ ਕਿਵੇਂ ਬੁਣਾਇਆ ਕਿਸ ਨੇ ਬੁਣਾਇਆ ਕਿਸ ਨੇ ਖਲਾਇਆ ਕੋਈ ਉਹਨਾਂ ਨੂੰ ਪਤਾ ਨਹੀਂ ਵਖਤ ਨਾ ਪਾਇਓ ਕਾਦੀਆ ਕਾਜ਼ੀਆਂ ਨੇ ਵੀ ਪੜ ਪੜ ਕੇ ਗ੍ਰੰਥ ਹਾਰ ਹੰਬ ਜਾਣਾ ਕੀਤਾ ਉਹਨਾਂ ਨੂੰ ਵੀ ਥੌ ਟਿਕਾਣਾ ਨਹੀਂ ਲੱਭਾ ਪੇ ਕਦੋਂ ਬਣਿਆ ਕਿਵੇਂ ਬਣਾਇਆ ਕਿਸ ਤਰ੍ਹਾਂ ਬਣਿਆ ਕਿਉਂ ਕਿ ਬੰਤਰ ਬਣਾ ਕੇ ਜੀਵਾਂ ਦੀ ਰਚਨਾ ਹੋਈ ਜੀਵਤਾ ਪਿੱਛੋਂ ਆਏ ਇਹਨੂੰ ਕਿਵੇਂ ਪਤਾ ਹੋਵੇਗਾ ਕਿਥੋਂ ਥੋੜ ਟਿਕਾਣਾ ਲੱਭ ਲਵੇਗਾ ਇਹਨੂੰ ਤਾਂ ਆਪਣੇ ਆਪ ਦਾ ਹੀ ਨਹੀਂ ਪਤਾ ਕਿ ਮੈਂ ਕਦੋਂ ਕਿ ਤੋ ਜੂਨੀਆਂ ਈ ਤੁਰਿਆ ਆਉਣਾ ਆਪਣਾ ਪਤਾ ਮਹਾਰਾਜ ਕਹਿੰਦੇ ਕਈ ਜਨਮ ਬਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕ ਰੰਗਾ ਪਤਾ ਨਹੀਂ ਕਿੰਨਿਆਂ ਕ ਜੀਵ ਜੁੰਨੀਆਂ ਥਾਣੀਆਂ ਆਏ ਸਾਨੂੰ ਤਾਂ ਆਪਣਾ ਹੀ ਨਹੀਂ ਪਤਾ ਪਤਾ ਨਹੀਂ ਕਿੰਨਿਆਂ ਦੇ ਬਾਪ ਬਣੇ ਆ ਕਿੰਨਿਆਂ ਦੇ ਬੇਟੇ ਬਣੇ ਆ ਕੀ ਕੁਝ ਹੋਇਆ ਸਾਡੇ ਨਾਲ ਕੋਈ ਪਤਾ ਨਹੀਂ ਮਹਾਰਾਜ ਕਹਿੰਦੇ ਆ ਵਕਤ ਨਾ ਪਾਇਓ ਕਦ